अगर आपने अभी तक हमारा चैनल सब्सक्राइब नहीं किया तो अभी सब्सक्राइब करें। जिहड़ा सदा दे नशे दे विच इन्ना चोर आ कि उहनूं जिहड़ा हैगा सही गलत जिहड़ा हैगा उहनूं दिसणा ही बंद होया होया। ਬਿੰਦਰਜੀਤ ਕੋਰੀ ਸਾਬਕਾ ਮੰਤਰੀ ਆ ਉਹਦਾ ਜਵਾਈ ਆ ਇੱਕ ਸਵਰਨ ਸਿੰਘ ਅਤੇ ਉਹ ਇੱਥੇ ਧੱਕੇ ਨਾਲ ਇੰਟਰਫੇਅਰ ਕਰਦਾ ਜਦੋਂ ਉਹਦੇ ਕੋਲ ਕੋਈ ਕਾਗਜ਼ ਨਹੀਂ ਕੋਈ ਪੱਤਰ ਨਹੀਂ ਸਾਡੇ ਕੋਲ ਕਬਜ਼ਾ ਮੌਜੂਦਾ ਕਬਰਾਂ ਵਾ ਅਤੇ ਉਹ ਸਾਡੀਆਂ ਕਬਰਾਂ ਜਿਹੜੀਆਂ ਢਾਹ ਕੇ ਅਤੇ ਇੱਥੇ ਆਪਣਾ ਕੋਈ ਬਿਲਡਿੰਗ ਉਸਾਰਨੀ ਚਾਹੁੰਦਾ ਰਹਿਸ਼ ਕਰਨੀ ਚਾਹੁੰਦਾ ਕਿਉਂਕਿ ਇਸਨੇ ਅੱਗੇ ਵੀ ਅੱਜ ਤੋਂ ਸ਼ੇਖ ਸਾਹਿਬ ਪਹਿਲਾਂ ਵੀ ਇਸ ਤਰ੍ਹਾਂ ਦੀ ਇੱਕ ਕੋਸ਼ਿਸ਼ ਕੀਤੀ ਸੀ ਕਿ 11-13 ਨੂੰ ਜਿਹੜਾ ਹੈਗਾ ਥਾਣੇ ਦੇ ਵਿੱਚ ਸਮਝੌਤਾ ਹੋਇਆ ਸੀਗਾ ਜਿਹਦੀ ਆ ਕਾਪੀ ਮੌਜੂਦ ਹੈਗੀ ਆ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਅੱਗੇ ਤੋਂ ਜਿਹੜਾ ਹੈਗਾ ਇਹਦੇ ਦਸਖਤ ਵੀ ਇਸ ਸਮਝੌਤੇ 'ਤੇ ਮੌਜੂਦ ਆ। ਉਹਦਾ ਇਲਾਕੇ 'ਤੇ ਜਿਹੜੇ ਬਹੁਤ ਬਹੁਤਵਾਰ ਸੀਗੇ ਬੰਦੇ ਜਿਹੜੇ ਉਸ ਵੇਲੇ ਉਹਨਾਂ ਸਭ ਦੇ ਦਸਖਤ ਮੌਜੂਦ ਹੈਗੇ ਆ। ਸਭ ਅਸੀਂ ਨਾ ਅੱਗੇ ਵੜਨ ਦਿੱਤੇ ਨਾ ਹੁਣ ਹੀ ਵੜਨ ਦੇਣੇ ਆ ਧੱਕੇ ਨਾਲ ਕਬਜ਼ਾ ਕਰਦੇ। ਹਾਂਜੀ ਜਗ੍ਹਾ ਪੜਾ ਤਾਂ ਇੱਕ ਬੰਦੇ ਦਾ ਹੁੰਦਾ, ਪੜਾ ਸਾਰਿਆਂ ਦਾ ਥੋੜਾ ਹੁੰਦਾ। ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸੱਦੂਵਾਲ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਵਾਸੀਆਂ ਅਤੇ ਖਾਲਸਾ ਕਾਲਜ ਦੇ ਪ੍ਰਬੰਧਕਾਂ ਦੇ ਦਰਮਿਆਨ ਜ਼ਮੀਨ ਉੱਤੇ ਕਬਜ਼ਾ ਕਰਨ ਤੇ ਵਿਵਾਦ ਹੋ ਗਿਆ। ਇਸ ਸੰਬੰਧ ਵਿੱਚ ਬਲਾਕ ਸੰਮਤੀ ਦੇ ਮੈਂਬਰ ਸੁਰਜੀਤ ਸਿੰਘ ਸੱਦੂਵਾਲ ਨੇ ਦੱਸਿਆ ਕਿ ਇਹ ਸਾਰੀ ਜ਼ਮੀਨ ਪੰਚਾਇਤ ਦੀ ਹੈ ਅਤੇ ਪੰਚਾਇਤ ਵੱਲੋਂ ਸ਼ਮਸ਼ਾਨ ਘਾਟ ਜਾਣ ਵਾਸਤੇ ਰਸਤਾ ਬਣਾਇਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਕਾਲਜ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਕੇ ਉਕਤ ਰਸਤੇ ਦਾ ਕੰਮ ਰੁਕਵਾ ਦਿੱਤਾ ਗਿਆ ਹੈ। ਇਸ ਸੰਬੰਧ ਵਿੱਚ ਜਦੋਂ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਧਾਨ ਇੰਜੀਨੀਅਰ ਸਵਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਰੀ ਜ਼ਮੀਨ ਕਾਲਜ ਕੰਪਲੈਕਸ ਦੀ ਹੈ ਅਤੇ ਇਸ ਦੀ ਚਾਰੇ ਪਾਸੇ ਚਾਰ ਦੀਵਾਰੀ ਕੀਤੀ ਹੋਈ ਹੈ, ਪਰੰਤੂ ਸੱਤਾ ਦੇ ਨਸ਼ੇ ਚੂਰ ਬਲਾਕ ਸੰਮਤੀ ਮੈਂਬਰ ਵੱਲੋਂ ਕੁਝ ਸ਼ਰਾਰਤੀ ਅਨਸਰਾਂ ਨੂੰ ਨਾਲ ਲੈ ਕੇ ਕਾਲਜ ਕੰਪਲੈਕਸ ਦੀ ਦੀਵਾਰ ਨੂੰ ਤੋੜ ਕੇ ਸ਼ਮਸ਼ਾਨ ਘਾਟ ਜਾਣ ਦਾ ਰਸਤਾ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਕੰਮ ਬੰਦ ਕਰਵਾਇਆ ਗਿਆ ਹੈ ਅਤੇ ਇਸ ਜ਼ਮੀਨ ਦੇ ਮਾਲਕਾਨਾ ਹੱਕ ਵੀ ਸਾਡੇ ਕੋਲ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮਾਨਯੋਗ ਕੋਰਟ ਵੱਲੋਂ ਸਾਡੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਹੈ। ਸੁਲਤਾਨਪੁਰ ਲੋਧੀ ਤੋਂ ਰਕੇਸ਼ ਕੁਮਾਰ ਦੀ ਰਿਪੋਰਟ, A7 ਪੰਜਾਬ। ਮੈਂ ਸੁਰਜੀਤ ਸਿੰਘ, ਇਹ ਸਾਬਕਾ ਸਰਪੰਚ ਪਿੰਡ ਤਰ ਬਹਿਬਲ ਬਹਾਦਰ ਅਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਹੈ। ਇਸ ਕਰਕੇ ਇਕੱਠੇ ਹੋਏ ਜੀ, ਇੱਥੇ ਸਾਡੇ ਸਿਰੇ ਆ ਕੋਈ ਲਗਭਗ ਸਾਡੇ ਜਨਮ ਤੋਂ ਪਹਿਲਾਂ 150 ਸਾਲ ਪੁਰਾਣੇ, ਜਿਨ੍ਹਾਂ ਦੇ ਵਿੱਚ ਆ ਫਾਰਮੂਲਾ ਵੀ ਖੜਾ ਸਾਡੇ ਜੰਮਣ ਤੋਂ ਪਹਿਲਾਂ ਦਾ। ਇੱਥੇ ਕਬਰਾਂ ਹੁੰਦੀਆਂ ਸੀ ਪੱਕੀਆਂ ਅਤੇ ਹੁਣ ਅਸੀਂ ਆ ਸਿਵੇ ਬਣਾਏ 2014 ਦੇ ਵਿੱਚ ਅਤੇ ਬੀਬੀ ਬਿੰਦਰਜੀਤ ਕੌਰੀ ਸਾਬਕਾ ਮੰਤਰੀ ਆ ਉਹਦਾ ਜਵਾਈ ਆ ਇੱਕ ਸਵਰਨ ਸਿੰਘ ਅਤੇ ਉਹ ਇੱਥੇ ਧੱਕੇ ਨਾਲ ਇੰਟਰਫੇਅਰ ਕਰਦਾ ਜਦੋਂ ਉਹਦੇ ਕੋਲ ਕੋਈ ਕਾਗਜ਼ ਨਹੀਂ ਕੋਈ ਪੱਤਰ ਨਹੀਂ ਸਾਡੇ ਕੋਲ ਕਬਜ਼ਾ ਮੌਜੂਦਾ ਕਬਰਾਂ ਵਾ ਅਤੇ ਉਹ ਸਾਡੀਆਂ ਕਬਰਾਂ ਜਿਹੜੀਆਂ ਢਾਹ ਕੇ ਅਤੇ ਇੱਥੇ ਆਪਣਾ ਕੋਈ ਬਿਲਡਿੰਗ ਉਸਾਰਨੀ ਚਾਹੁੰਦਾ, ਰਹਿਸ਼ ਕਰਨੀ ਚਾਹੁੰਦਾ ਜਾਂ ਜਨਾਇਜ਼ ਕਬਜ਼ਾ ਕਰਨਾ ਚਾਹੁੰਦਾ। ਚਲੋ ਇੱਕ ਤਾਂ ਇੱਥੇ ਬਣਾਉਣੀ ਆ ਜੀ, ਅਸੀਂ 10 ਮਰਲੇ ਦੇ ਵਿੱਚ ਆਪਣੇ ਬਾਲਮਿਕ ਦਾ ਮੰਦਿਰ ਬਣਾਉਣਾ ਸੀ। ਪਿੰਡ ਵਾਲਿਆਂ ਦੀ ਬਹੁਤ ਸ਼ਰਧਾ ਵੀ ਬਾਲਮਿਕ ਦੇ ਮੰਦਿਰ ਨੂੰ ਕੋਈ ਜਗ੍ਹਾ ਦਿਓ। ਇੱਕ ਤਾਂ ਨਾਲ ਹੀ ਉੱਥੇ ਨੂੰ ਇਹ ਰਸਤਾ ਜਿਹੜਾ ਬਾਲਮਿਕ ਮੰਦਿਰ ਨੂੰ ਵੀ ਆਉਣਾ ਵਾ ਅਤੇ ਸਿਵਿਆਂ ਨੂੰ ਵੀ ਆਉਣਾ ਅਤੇ ਕਈ ਆ ਜਿਹੜੇ ਸਿਵੇ ਜਿਹੜੇ ਆ ਮਾਡਲ ਟਾਊਨ ਪੂਰੇ ਮਾਡਲ ਟਾਈਮ ਦੇ ਸਿਵੇ ਬਣਾਵਾਂਗੇ। ਅਤੇ ਦੂਜੀ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਵੀ ਸਾਡੇ ਪਿੰਡ ਦੀ ਪੰਚਾਇਤ ਦੀ ਪੈੜੀ ਸੀ 3 ਕਿੱਲੇ ਇੱਥੇ ਸਕੂਲ ਦੀ, ਜਿਹਦੇ ਵਿੱਚ ਇਹਨਾਂ ਨੇ ਪਹਿਲਾਂ ਕਿਹਾ ਸਕੂਲ ਦੀ ਬਿਲਡਿੰਗ ਸਾਨੂੰ ਬਣਾਉਣਾ, ਤੁਹਾਡੇ ਬੱਚੇ ਸਾਰੇ ਫ੍ਰੀ ਪੜਨਗੇ, ਕੋਈ ਲਿਖਾ ਪੜ੍ਹੀ ਤੋਂ ਬਿਨਾਂ ਇਹਨਾਂ ਨੇ ਬਿਲਡਿੰਗ ਬਣਾ ਲਈ। ਬਾਅਦ 'ਚ ਉਸ ਬਰੇ ਜਗ੍ਹਾ ਸੀ, ਇਹ ਕਹਿੰਦੇ ਸੀ ਇਹ ਤੁਹਾਨੂੰ ਛੱਡ ਦਿਆਂਗੇ। ਉੱਥੇ ਇਹਨਾਂ ਨੇ ਅੱਜ ਪਲੰਥਾਂ ਲਾਈਆਂ ਹੋਈਆਂ ਅਤੇ ਦੁਕਾਨਾਂ ਸਾਡੇ ਪਿੰਡ ਦੇ ਮੁੰਡੇ ਜਿਹੜੇ ਬੇਰੁਜ਼ਗਾਰ ਫਿਰਦੇ ਆ ਇਹਨਾਂ ਦੁਕਾਨਾਂ ਬਣਾ ਕੇ ਲਾਂਭੇ ਕਿਰਾਏ 'ਤੇ ਚਾੜੀਆਂ ਹੋਈਆਂ। ਸਾਡੇ ਪਿੰਡ ਦੇ ਕਿਸੇ ਮੁੰਡੇ ਨੂੰ ਇਹ ਦੁਕਾਨ ਨਹੀਂ ਕਿਰਾਏ 'ਤੇ ਦਿੰਦੇ ਵੀ ਇਹ ਸੱਦੂਵਾਲ ਦੀ ਜਗ੍ਹਾ ਵਾ ਕਿਤੇ ਕਬਜ਼ਾ ਹੀ ਨਾ ਕਰ ਲੈਣ, ਅਤੇ ਕਿਸੇ ਬੱਚੇ ਦੀ ਫੀਸ ਨਹੀਂ ਮਾਫ਼ ਕਰਦੇ। ਪਹਿਲੀ ਗੱਲ ਛੇਤੀ ਕਿਤੇ ਦਾਖਲ ਹੀ ਨਹੀਂ ਕਰਦੇ, ਕਹਿੰਦੇ ਸੱਦੂਵਾਲ ਦਾ ਬੱਚਾ ਇਹ ਦਾਖਲ ਨਹੀਂ ਕਰਨਾ ਅਤੇ ਇਹ ਕਰ ਲੈਣ ਤਾਂ ਉਹਦੀ ਫੀਸ ਨਹੀਂ ਮਾਫ਼ ਕਰਦੇ। ਅਤੇ ਇਹ ਸਾਰੀਆਂ ਗੱਲਾਂ ਬਾਤਾਂ ਅਤੇ ਹੁਣ ਪਤਾ ਨਹੀਂ ਕਿੱਥੋਂ ਕਿੱਥੋਂ ਅਪਰੋਚ ਪਾ ਕੇ ਸਾਨੂੰ ਪੁਲਿਸ ਦੇ ਕੋਲੋਂ ਨਜਾਇਜ਼ ਤੰਗ ਕਰਾਉਂਦਾ, 2-3 ਵਾਰ ਪੁਲਿਸ ਆਈ ਆ। ਚੱਲ ਪਿੰਡ ਵਾਲਿਆਂ ਦਾ ਸੰਯੋਗ ਆ, ਸਾਰੇ ਪਿੰਡ ਵਾਲੇ, ਇੱਕ ਵੀ ਘਰ ਸਾਡੇ ਦੇ ਖਿਲਾਫ਼ ਨਹੀਂ, ਸਾਰੇ ਅਸੀਂ ਪਿੰਡ ਵਾਲੇ ਇਕੱਠੇ ਹਾਂ। ਇੱਥੇ ਅਸੀਂ ਕੰਮ ਨਹੀਂ ਰੋਕਣਾ, ਕਹਿ ਸਾਨੂੰ ਜਾਨ ਦੇਣੀ ਪੈ ਜਾਵੇ ਉਹ ਗੱਲ ਵੱਖਰੀ ਆ। BDO ਸਾਹਿਬ ਨੇ ਵੀ ਕੱਲ੍ਹ ਸਾਨੂੰ ਦਬਕੇ ਮਾਰੇ ਸੀ, ਪਰ ਪ੍ਰਸ਼ਾਸਨ ਨੂੰ ਫਿਰ ਸਾਡੇ MLA ਸਾਹਿਬ ਕਹਿੰਦੇ ਵੀ ਜ਼ਬਰਦਸਤੀ ਨਹੀਂ ਕਰਨੀ, ਤੁਸੀਂ ਇਹਦੇ ਕਾਗਜ਼ ਪੱਤਰ ਦੇਖੋ, ਜਿਹਦਾ ਹੱਕ ਬਣਦਾ ਵਾ ਉਹਨੂੰ ਦਿਆਂਗੇ, ਜੇ ਸਿਵਿਆਂ ਦਾ ਹੱਕ ਬਣਦਾ ਤਾਂ ਉਹਨਾਂ ਨੂੰ ਦਿਆਂਗੇ, ਜੇ ਇਹਨਾਂ ਦਾ ਹੱਕ ਬਣਦਾ ਇਹਨਾਂ ਦਾ, ਨਾ ਉਹ ਕਹਿੰਦੇ ਪਿੰਡ ਵਾਲਿਆਂ ਨਾਲ ਧੱਕਾ ਕਰਨਾ ਨਾ ਇਹਨਾਂ ਨਾਲ ਧੱਕਾ ਕਰਨਾ। ਜਗ੍ਹਾ ਨਹੀਂ ਹੈਗੀ, ਆਹ ਜਗ੍ਹਾ ਜਿਹੜੀ ਇਹ ਮਾਲਕੀਆਂ ਵਿੱਚ ਦੀ ਜਾਂਦਾ, ਪਰ ਆਹ ਸਿੱਧਾ ਸ਼ਾਰਟਕੱਟ ਗੁਰਦੁਆਰੇ 'ਤੇ ਜਦੋਂ ਸਾਡੇ ਆਪਣੀ ਜਗ੍ਹਾ ਹੈਗੀ ਆਪਾਂ ਕਾਹਤੋਂ ਲਾਂਭੇ ਹੋ ਲਿਖੇ। ਉੱਚਿਤ ਕਰਕੇ ਕੰਮ ਮੰਗ ਆ ਵੀ ਅਸੀਂ ਤਾਂ ਪੈਸੇ ਇਕੱਠੇ ਕਰਕੇ ਲਾਉਣੇ, ਸਾਡਾ ਪੰਚਾਇਤੀ ਫੰਡ ਜਿਹੜਾ ਉਹਨਾਂ ਰੋਕ ਦਿੱਤਾ, ਪਤਾ ਨਹੀਂ ਕਿੱਦਾਂ ਪੰਚਾਇਤ 'ਚੋਂ ਨਹੀਂ ਇਹ
ਨਹੀਂ ਪੈਸੇ ਲਾਉਣ ਦੇਣੇ। ਹੁਣ ਇਹ ਪਿੰਡ ਵਾਲੇ ਸਾਰੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਕੋਈ 1000 ਕੋਈ 2000 ਕੋਈ 4000 ਦੇ ਰਿਹਾ ਤੇ ਪਿੰਡ ਵਾਲੇ ਦੇ ਸਹਿਯੋਗ ਨਾਲ ਇਹ ਸਾਰਾ ਰਸਤਾ ਬਣ ਰਿਹਾ ਵਾ। ਇਹ ਜਗ੍ਹਾ ਵਕਫ ਬੋਰਡ ਦੀ ਆ, ਵਕਫ ਬੋਰਡ ਦੀ ਆ, ਕਿਸੇ ਦਾ ਇਹਦੇ 'ਤੇ ਪਟਾ ਨਹੀਂ ਕੱਟਿਆ ਆ। ਜੇ ਇਹਨਾਂ ਦੇ ਪਟਾ ਕੱਟਿਆ ਵਾ ਤਾਂ ਦਿਖਾਉਣ, ਜੇ ਪਟਾ ਕੱਟਿਆ ਵੀ ਹੋਵੇ ਤਾਂ ਕਿਸੇ ਦਾ ਕੋਈ ਕਬਜ਼ਾ ਨਹੀਂ ਹਟਾ ਸਕਦੇ, ਸਾਡੇ ਸੇਵੇ ਨਹੀਂ ਚੱਕ ਸਕਦੇ ਇੱਥੋਂ। ਜਗ੍ਹਾ ਲਗਭਗ 2 ਕਿੱਲੇ ਅਤੇ 1 ਕਨਾਲ ਆ। ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਜੀਨੀਅਰ ਸਵਰਨ ਸਿੰਘ, ਪ੍ਰੈਜੀਡੈਂਟ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ। ਮੈਂ ਆਪਦੇ ਨਾਲ ਪਿੰਡ ਸੰਧੂਵਾਲ ਵਿਖੇ ਜਿਹੜੀ ਸੰਸਥਾ ਗੁਰੂ ਨਾਨਕ ਖਾਲਸਾ ਕਾਲਜ ਦੀ ਜਗ੍ਹਾ ਹੈਗੀ ਆ, ਜਿੱਥੇ ਪਿੰਡ ਦਾ ਸਰਦਾਰ ਸੁਰਜੀਤ ਸਿੰਘ ਜਿਹੜੇ ਬਲਾਕ ਸੰਮਤੀ ਮੈਂਬਰ ਹੈਗੇ ਆ ਅਤੇ ਆਪਣੇ ਸਾਥੀਆਂ ਨਾਲ ਜਿਹੜੀ ਉਹ ਸੰਸਥਾ ਦੀ ਉੱਥੇ ਦੁਆਰ, ਕਾਲਜ ਦੀ ਦੁਆਰ ਹੋਈ ਹੋਈ ਸੀਗੀ ਉਸ ਜਗ੍ਹਾ ਦੇ ਦੁਆਲੇ, ਉਹਦੇ ਵੱਲੋਂ ਢਾ ਕੇ ਅਤੇ ਉਹਦੇ ਵਿੱਚ ਉਹਦੀ ਧੱਕੇ ਦੇ ਨਾਲ ਜਿਹੜਾ ਹੈਗਾ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਮੈਂ ਮਾਨਯੋਗ DSP ਸਾਹਿਬ ਨੂੰ ਐਤਵਾਰ ਨੂੰ ਚਿੱਠੀ ਲਿਖੀ ਸੀਗੀ, ਨਾਲੇ ਉਹਨਾਂ ਨੂੰ ਫੋਨ 'ਤੇ ਵੀ ਗੱਲ ਕੀਤੀ ਸੀ। ਜਿਹੜੇ ਇੱਥੇ ਦੇ BDO ਸਾਹਿਬ, ਕਿਉਂਕਿ ਪਿੰਡ ਦੇ ਵਿੱਚ ਪ੍ਰਬੰਧਕ ਲੱਗਾ ਹੋਇਆ ਗੁਰਪ੍ਰਤਾਪ ਸਿੰਘ ਜੀ, ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਵੀ ਇਹ ਜਿਹੜਾ ਧੱਕਾ ਕਰ ਰਿਹਾ ਹੈਗਾ ਇਸ ਨੂੰ ਰੋਕਿਆ ਜਾਵੇ। ਪਰੰਤੂ ਜਿਹੜਾ ਸੁਰਜੀਤ ਸਿੰਘ ਹੈਗਾ ਉਹ ਜਿਹੜਾ ਸਦਾ ਦੇ ਨਸ਼ੇ ਦੇ ਵਿੱਚ ਇੰਨਾ ਚੋਰ ਆ ਕਿ ਉਹਨੂੰ ਜਿਹੜਾ ਹੈਗਾ ਸਹੀ ਗਲਤ ਜਿਹੜਾ ਹੈਗਾ ਉਹਨੂੰ ਦਿਸਣਾ ਹੀ ਬੰਦ ਹੋਇਆ ਹੋਇਆ, ਕਿਉਂਕਿ ਇਸਨੇ ਅੱਗੇ ਵੀ ਅੱਜ ਤੋਂ 6 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀ ਇੱਕ ਕੋਸ਼ਿਸ਼ ਕੀਤੀ ਸੀ, ਜਿਸ ਕਦ ਤੋਂ ਬਾਅਦ ਜਿਹੜਾ ਹੈਗਾ ਵਾ 2011-13 ਨੂੰ ਜਿਹੜਾ ਹੈਗਾ ਥਾਣੇ ਦੇ ਵਿੱਚ ਸਮਝੌਤਾ ਹੋਇਆ ਸੀਗਾ, ਜਿਹਦੀ ਆ ਕਾਪੀ ਮੌਜੂਦ ਹੈਗੀ ਆ, ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਅੱਗੇ ਤੋਂ ਜਿਹੜਾ ਹੈਗਾ ਇਹਦੇ ਦਸਤਖਤ ਵੀ ਇਸ ਸਮਝੌਤੇ 'ਤੇ ਮੌਜੂਦ ਆ। ਉਹਦਾ ਇਲਾਕੇ ਦੇ ਜਿਹੜੇ ਬਹੁਤ ਮੋਹਤਵਾਰ ਸੀਗੇ ਬੰਦੇ ਜਿਹੜੇ ਉਸ ਵੇਲੇ, ਉਹਨਾਂ ਸਭ ਦੇ ਦਸਤਖਤ ਮੌਜੂਦ ਹੈਗੇ ਆ ਵੀ ਇਹਨਾਂ ਨੇ ਕਿਹਾ ਸੀ ਵੀ ਅੱਗੇ ਤੋਂ ਅਸੀਂ ਇੱਥੇ ਇੰਟਰਫੇਅਰ ਨਹੀਂ ਕਰਦੇ। ਮੇਰੀ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਆ ਵੀ ਇੱਥੇ ਜਿਹੜਾ ਸੁਲਤਾਨਪੁਰ ਦੇ ਵਿੱਚ ਕਾਨੂੰਨ ਦੀ ਜਿਹੜੀ ਆ ਅਵਸਥਾ ਹੈਗੀ ਆ ਇਹ ਕਾਇਮ ਕੀਤੀ ਜਾਵੇ, ਕਿਉਂਕਿ ਇਸ ਦੇ ਅਜਿਹਾ ਕਰਨ ਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਿਹੜਾ ਹੋਰ ਤਰ੍ਹਾਂ ਦਾ ਜਿਹੜਾ ਸਰਕਾਰ ਦੇ ਵਿਰੁੱਧ ਹੈਗਾ ਵਾ ਮਾੜਾ ਜਿਹੜਾ ਸੰਦੇਸ਼ ਜਾਊਗਾ ਵੀ ਇੱਥੇ ਜਿਹੜੇ ਹੈਗੇ ਆ ਗੁੰਡਾ ਅਨਸਰ ਹੈਗੇ ਆ ਉਹ ਸਤਾ ਦੇ ਨਸ਼ੇ ਦੇ ਵਿੱਚ ਆਮ ਰਹਿ ਰਹੇ ਲੋਕਾਂ ਨੂੰ ਜਿਹੜਾ ਹੈਗੇ ਆ ਉਹ ਦੁਖੀ ਕਰ ਰਿਹਾ। ਕਨਾਲ 6 ਮਰਲੇ ਜਗ੍ਹਾ ਸੀਗੀ, ਜਿਹਦੇ ਵਿੱਚੋਂ 3 ਕਨਾਲਾਂ ਕੁਛ ਜਿਹੜੀ 3.5-3 ਕਨਾਲਾਂ ਜਿਹੜੀ ਆ ਉਸ ਸਮਝੌਤੇ ਦੇ ਵਿੱਚ ਸ਼ਮਸ਼ਾਨ ਘਾਟ ਬਣਾਉਣ ਲਈ ਸੰਸਥਾ ਵੱਲੋਂ ਇਹਨਾਂ ਨੂੰ ਦਿੱਤੀ ਗਈ ਸੀਗੀ। ਬਾਕੀ ਜਿਹੜੀ ਜਗ੍ਹਾ 'ਤੇ ਸਾਡੀ ਬਾਉਂਡਰੀ ਵਾਲ ਹੋਈ ਹੋਈ ਆ ਛੱਪੜ ਵਾਲੀ ਸਾਈਡ ਛੱਡ, ਇਹ ਸਾਰਾ ਕੁਛ ਜਿਹੜਾ ਹੈਗਾ ਇਹ 3 ਵਾਰੀ ਅਦਾਲਤੀ ਕੇਸ ਹੋਇਆ ਸੀਗਾ। ਪਹਿਲਾਂ ਨਗਰ ਪੰਚਾਇਤ ਬਸ 'ਚ ਵਕਫ ਬੋਰਡ ਕੋਈ 1988-90 ਦੇ ਵਿੱਚ ਉਸ ਵੇਲੇ ਵੀ ਜਿਹੜਾ ਹੈਗਾ ਉਹ ਇਹ ਪੰਚਾਇਤ ਦੇ ਖਿਲਾਫ ਹੋਇਆ ਸੀਗਾ, ਔਰ ਉਸ ਤੋਂ ਬਾਅਦ ਜਿਹੜਾ ਹੈਗਾ 2 ਵਾਰੀ ਸਰਦਾਰ ਹਰਨਾਮ ਸਿੰਘ ਹੁਣੀ ਇੱਥੇ ਹੁੰਦੇ ਸੀਗੇ ਉਹਨਾਂ ਨੇ ਇੱਥੇ ਕੀਤਾ ਸੀਗਾ, ਉਹ ਵੀ ਅਦਾਲਤ 'ਚ ਕੇਸ ਗਿਆ ਸੀ, ਉਦੋਂ ਵੀ ਸੰਸਥਾ ਦੇ ਹੱਕ ਦੇ ਵਿੱਚ ਹੋਇਆ ਸੀਗਾ। ਫਿਰ 3ਵਾਰੀ ਇਹਨਾਂ ਨੇ ਕੋਸ਼ਿਸ਼ ਕੀਤੀ ਉਹ ਆ ਸਮਝੌਤਾ ਮੈਂ ਤੁਹਾਨੂੰ ਦੱਸਿਆ ਹੈਗਾ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਜੋ ਕੁਛ ਕਹੀ ਜਾਂਦੇ ਆ ਉਹ ਸਾਰਾ ਕੁਛ ਹੀ ਮਤਲਬ ਵੀ ਝੂਠ ਦਾ ਕੋਈ ਆਧਾਰ ਨਹੀਂ ਹੁੰਦਾ, ਜਿੰਨਾ ਮਰਜ਼ੀ ਕੋਈ ਝੂਠ ਬੋਲ ਸਕਦਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਜਿਹੜੇ ਇਸ ਤਰ੍ਹਾਂ ਅਮਨ ਮਾਨ ਨੂੰ ਜਿਹੜਾ ਸ਼ਹਿਰ ਦਾ ਹੈਗਾ ਇਲਾਕੇ ਦਾ ਅਮਨ ਮਾਨ ਨੂੰ ਖਰਾਬ ਕਰ ਰਿਹਾ ਗੁੰਡਾ ਅਨਸਰ ਜਿਹੜੇ ਸ਼ਰਾਰਤੀ ਅਨਸਰ ਹੈਗੇ ਆ ਉਹਨਾਂ 'ਤੇ ਸਖ਼ਤ ਕਾਰਵਾਈ ਕੀਤੀ। ਸਾਡੀ ਸ਼ਮਸ਼ਾਨ ਘਾਟ ਦੀ ਜਗ੍ਹਾ ਅੱਗੇ ਵੀ ਕਈ ਵਾਰੀ ਹੱਲੇ ਕਰਕੇ ਅਸੀਂ ਵੜਨ ਨਹੀਂ ਦਿੱਤੇ, ਹੁਣ ਵੀ ਆਉਂਦੇ ਆ ਉਹ ਸਭ, ਅਸੀਂ ਨਾ ਅੱਗੇ ਵੜਨ ਦਿੱਤੇ ਨਾ ਹੁਣ ਹੀ ਵੜਨ ਦੇਣੇ ਆ, ਧੱਕੇ ਨਾਲ ਕਬਜ਼ਾ ਕਰਦੇ। ਸਾਡਾ ਪਿੰਡ ਦੀ ਸਾਂਝੀ ਜਗ੍ਹਾ, ਪੜਾ ਤਾਂ 1 ਬੰਦੇ ਦਾ ਹੁੰਦਾ, ਪੜਾ ਸਾਰਿਆਂ ਦਾ ਥੋੜ੍ਹਾ ਹੁੰਦਾ। ਗਰਦੌਰੀ ਸਾਡੇ ਪਿੰਡ ਦੇ ਬੰਦੇ ਨਾ, ਇਹਨਾਂ ਕੋਲ ਕੁਛ ਵੀ ਨਹੀਂ ਗਾ, ਪੜਾ ਹੋਵੇ ਤਾਂ 1 ਬੰਦੇ ਨਾ ਹੋਣਾ। ਇਹ ਸਿਵਿਆਂ ਦਾ ਰਸਤਾ ਬਣਾ ਰਿਹਾ ਪਿੰਡ ਵਾਲੇ, ਇਹਦੇ ਵਿੱਚ ਕੋਈ ਪ੍ਰੋਬਲਮ ਆਈ, ਕੰਪਲੇਂਟ ਕੀਤੀ ਆ। ਕੰਪਲੇਂਟ ਕਿਹਨੇ ਕੀਤੀ? ਸਵਰਨ ਸਿੰਘ ਜਿਹੜਾ ਮਹਿਕਮਾ ਜਿਹੜਾ ਹੈਗਾ ਇਸ ਸਰਕਾਰੀ ਮਹਿਕਮਾ ਆ, ਉਹਨੂੰ ਪੁੱਛ ਰਹੇ ਨੇ ਕੰਮ ਰੁਕਾ ਦਿੱਤਾ ਗਿਆ। ਕੰਮ ਰੁਕਾਉਂਦੇ ਆ ਜੀ, ਹਾਂ ਮੈਂ ਤੈਨੂੰ ਇਹੀ ਗੱਲ ਕੀ, ਕੰਮ ਰੁਕਾ ਲਿਆ ਭਾਵੇਂ ਲੜਾਈ ਹੋ, ਕੀ ਫਾਇਦਾ ਕੀ ਗੱਲ ਦਾ। ਠੀਕ ਹੈ, ਆਪਾਂ ਇਹਨਾਂ ਨੂੰ ਬੁਲਾਇਆ ਥਾਣੇ, ਉੱਥੇ ਆਪਾਂ BDO ਸਾਹਿਬ ਨੂੰ ਪੁੱਛ ਲਏ। ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ? ਦੋਨਾਂ ਨੂੰ। ਠੀਕ ਹੈ ਸਰ।